ਇੱਥੇ ਲੋਕ ਹੌਲੀ ਹੌਲੀ ਪਹੁੰਚਦੇ ਹੋਏ ਨਜ਼ਰ ਆਉਂਦੇ ਪਏ ਆ, ਗੱਲਬਾਤ ਵੀ ਕਰਾਂਗੇ। ਸਰ ਕੀ ਨਾਮ ਹੈ, ਕਿਹੜੇ ਪਿੰਡ ਤੋਂ ਤੁਸੀਂ ਆਏ ਹੋ? ਸਰ ਮੇਰਾ ਨਾਮ ਹੈਗਾ ਰਣਜੀਤ ਸਿੰਘ, ਮੈਂ ਹੈਗਾ ਪਿੰਡ ਪ੍ਰਤਾਪਰੇ ਤੋਂ ਜੀ, ਜਲੰਧਰ ਕੈਂਟਾ ਹਲਕਾ। ਸਰ ਕਿਸ ਚੀਜ਼ ਦੀ ਨੋਮੀਨੇਸ਼ਨ ਤੁਸੀਂ ਭਰਨ ਆਏ? ਸਰ ਮੈਂ ਪੰਜਾਬ ਮੈਂਬਰ ਦੇ ਨੋਮੀਨੇਸ਼ਨ ਭਰਨ ਆਇਆ। ਠੀਕ ਹੈ ਜੀ, ਮੈਂ ਪਹਿਲਾਂ ਵੀ ਪੰਜਾਬ ਮੈਂਬਰ ਰਹਿ ਚੁੱਕਾ ਜੀ। ਸਰ ਇਸ ਵਾਰੀ ਬਹੁਤ ਕਿਹਾ ਜਾ ਰਿਹਾ ਸੀ ਕਿ ਦਿੱਕਤ ਪਰੇਸ਼ਾਨੀ ਬੜੀ ਆ ਰਹੀ ਸੀ, ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਹੋ, ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਨਹੀਂ ਸਰ, ਅੱਜ ਤਾਂ ਦਿੱਕਤ ਪਰੇਸ਼ਾਨੀ ਦਾ ਕੋਈ ਨਹੀਂ ਹੈਗਾ, ਅੱਜ ਤਾਂ ਠੀਕ ਹੈ। ਅੱਜ ਸਟਾਫ ਵੀ ਸਾਰਾ ਇੱਕ ਜਗ੍ਹਾ ਹੀ ਬੈਠਾ ਵਾ, ਇੱਕੋ ਜਗ੍ਹਾ ਮਤਲਬ ਐਨਓਸੀ ਮਿਲ ਜਾਣੀ ਆ, ਕਿਉਂਕਿ ਸਾਰਾ ਸਟਾਫ ਇੱਕ ਤਾਂ ਬੈਠਾ। ਪਰ ਪਹਿਲੇ ਦਿਨ ਥੋੜ੍ਹੀ ਬੜੀ ਮੁਸ਼ਕਲ ਆ ਰਹੀ ਸੀਗੀ, ਕਿਉਂਕਿ ਇੱਕ ਬੰਦਾ ਇੱਥੇ ਜਾਂਦਾ ਸੀ, ਦੋ ਗਾਂਹ ਜਾਂਦੇ ਸੀਗੇ। ਹਾਲਾਂਕਿ ਸਟਾਫ ਨੂੰ ਪਹਿਲਾਂ ਹੀ ਚਾਹੀਦਾ ਸੀ ਇੱਕੋ ਟੇਬਲ 'ਤੇ ਸਾਰਾ ਕੰਮ ਹੋ ਜਾਣਾ ਚਾਹੀਦਾ, ਕਿਉਂਕਿ ਆਪੀ ਨੇ ਰਸ਼ ਬਣਾ, ਅਗਲਾ ਫਾਰਮ ਪੜਾ ਕੇ ਬਾਹਰ ਹੋਵੇ ਬਾਜ਼ ਮਾਰ ਕੇ ਮਿਲ ਜਾਂਦਾ। ਪਰ ਫਿਰ ਵੀ ਉਹਨਾਂ ਨੇ ਮਤਲਬ ਵਧੀਆ ਕੀਤਾ, ਉਹਦੋਂ ਸਾਰਿਆਂ ਨੂੰ ਥੱਲੇ ਲਾ ਕੇ ਟੇਬਲ ਸਾਰੇ ਆਪਣੇ ਵਰਕਰ ਵਧਾ ਕੇ ਤਾਂ ਜਲਦੀ ਜਲਦੀ ਕੰਮ ਦਾ ਨਿਪਟਾਰਾ ਕਰ ਦਿੱਤਾ ਸੀਗਾ। ਚੋਣਾਂ 'ਚ ਤਾਂ ਉਤਸਾਹ ਜੀ ਇਸ ਵਾਰ ਕਾਫੀ ਹੈਗਾ, ਠੀਕ ਆ ਜੀ। ਪਰ ਜਿਹੜਾ ਪੰਜਾਬ ਗੌਰਮੈਂਟ ਨੇ ਪਹਿਲਾਂ ਭਗਵਾਨ ਕੇ ਮਾਰੇ ਦੇ ਪ੍ਰਗਟ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜਾ ਤਰੀਕ ਤੈਅ ਕਰ ਦਿੱਤੀ, ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਠੀਕ ਹੈ ਜੀ। ਤੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਸਹਿਮਤੀ ਦੇਤੀ ਆ, ਵਧੀਆ ਕੀਤਾ, ਨਹੀਂ ਤਾਂ ਅੱਜ ਪੰਜਾਬ ਬੰਦ ਦਾ ਐਲਾਨ ਸੀ ਸਰ 4 ਤਰੀਕ ਦਾ ਜੀ। ਬਾਕੀ ਚਲੋ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ, ਉਹਨਾਂ ਨੇ ਮਤਲਬ ਸਮਾਜ ਨਾਲ ਸਹਿਮਤੀ ਕੀਤੀ ਆ, ਤੇ ਪੰਜਾਬ ਸਰਕਾਰ ਦਾ ਇਹ ਧੰਨਵਾਦ ਕਰਦੇ ਆ। ਤੁਸੀਂ ਵੀ ਸਰ ਕਰਨ ਆਏ ਹੋ ਫਾਈਲ ਕਰਨ ਆਏ, ਤੁਸੀਂ ਵੀ ਹੋਰ ਵੀ ਗੱਲਬਾਤ ਕਰਦੇ ਹੈਗੇ ਜਿਹੜੇ ਗੱਲ ਕਰਦੇ ਹੋਏ, ਤਸਵੀਰਾਂ ਦਿਖਾ ਦਿੰਦੇ ਅੰਦਰ ਫਾਰਮ ਜਿਹੜੇ ਕਿ ਪਰਦੇ ਹੋਏ ਨਜ਼ਰ ਆਓਗੇ। ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਦਫ਼ਤਰ ਦੇ ਅੰਦਰ ਦੀ, ਜਿੱਥੇ ਕਿ ਲਾਈਨ ਲੱਗੀ ਹੋਈ ਹੈ ਤੇ ਕੁਝ ਲੋਕ ਨਜ਼ਰ ਆ ਰਹੇ ਤੇ ਫਾਰਮ ਪਰਦੇ ਪਏ ਨੇ, ਕਿਉਂਕਿ ਅੱਜ ਆਖਰੀ ਤਰੀਕ ਹੈਗੀ ਹੈ। ਇਹ ਸਾਰੇ ਲੋਕ ਜਲੰਧਰ ਕੈਂਟ ਦੇ ਏਰੀਏ ਤੋਂ ਆਏ ਹੋਏ ਨੇ, ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ, ਕਿਹੜੇ ਪਿੰਡ ਤੋਂ ਆਏ ਤੁਸੀਂ? ਬਿਰਲਾ ਕੁਮਾਰ ਮੇਰਾ ਨਾਮ, ਪ੍ਰਤਾਪਰਾ ਪਿੰਡ ਤੋਂ ਆਇਆ। ਸਰ ਕਿਹੜੀ ਚੋਣ ਲੜਨ ਲੱਗੇ ਤੁਸੀਂ? ਮੈਂ ਪੰਚੀ ਦੀ ਲੜਾਂ। ਪੰਚੀ ਦੀ ਲੜਾਂ ਲੱਗੇ ਹੋ? ਸਰ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ? ਦਿੱਕਤ ਅੱਜ ਤਾਂ ਘੱਟ ਹੈ, ਅੱਗੇ ਕਿਤੇ ਨਾ ਆਏ, ਉਸ ਦਿਨ ਬਹੁਤ ਪਰੇਸ਼ਾਨੀ ਹੋਈ ਐਨਐਸਸੀ ਦੇ। ਦੂਸਰੀ ਵਾਰੀ ਆਉਣਾ ਪਿਆ? ਹਾਂਜੀ ਹਾਂਜੀ, ਦੂਸਰੀ ਵਾਰੀ ਆਉਣਾ। ਹੁਣ ਕਿੰਨਾ ਕੁ ਟਾਈਮ ਲੱਗ ਰਿਹਾ ਤੁਹਾਨੂੰ? ਨਹੀਂ ਹੁਣ ਕੋਈ ਟਾਈਮ ਨਹੀਂ ਲੱਗ ਰਿਹਾ, ਹੁਣ ਬਿਲਕੁਲ ਸਹੀ ਹੈ। ਕਿੰਨੇ ਕੁ ਮਿੰਟ 'ਚ ਵਾਰੀ ਆ ਰਹੀ ਹੈ ਤੇ ਕਿੰਨੇ 'ਚ ਹੁਣ ਪ੍ਰੋਸੈਸ ਹੋ ਰਿਹਾ? ਸਰ ਨਾਲੋਂ ਨਾਲ ਹੀ ਚੱਲ ਰਿਹਾ ਲਗਾਤਾਰ। ਹਾਂਜੀ, ਇਸ ਵਾਰੀ ਕਿਹੋ ਜਿਹਾ ਉਤਸਾਹ ਨਜ਼ਰ ਆਉਂਦਾ ਪਿਆ, ਕਿਉਂਕਿ ਇਹ ਵੀ ਚੋਣਾਂ ਬੜੀ ਜ਼ਰੂਰੀ ਹੁੰਦੀ ਤੁਹਾਨੂੰ ਪਤਾ? ਇਸ ਵਾਰ ਥੋੜ੍ਹਾ ਜਿਹਾ ਅੱਗੇ ਨਾਲ ਖੱਜਲ ਖਵਾਰੀ ਜਾ ਰਹੀ ਹੈ। ਉਧਰ ਪਿੰਡ 'ਚ ਕੀ ਮਾਹੌਲ ਹੈਗਾ, ਕੋਈ ਮਾਹੌਲ ਤਾਂ ਨਹੀਂ ਖਰਾਬ ਹੋਇਆ ਕਿਸੇ? ਨਹੀਂ ਮਾਹੌਲ ਨਹੀਂ, ਕੋਈ ਮਾਹੌਲ ਠੀਕ ਹੈ। ਇੱਥੇ ਲੋਕ ਹੌਲੀ ਹੌਲੀ ਪਹੁੰਚਦੇ ਹੋਏ ਨਜ਼ਰ ਆਉਂਦੇ ਪਏ ਆ, ਗੱਲਬਾਤ ਵੀ ਕਰਾਂਗੇ। ਸਰ ਕੀ ਨਾਮ ਹੈ, ਕਿਹੜੇ ਪਿੰਡ ਤੋਂ ਤੁਸੀਂ ਆਏ ਹੋ? ਸਰ ਮੇਰਾ ਨਾਮ ਹੈਗਾ ਰਣਜੀਤ ਸਿੰਘ, ਮੈਂ ਹੈਗਾ ਪਿੰਡ ਪ੍ਰਤਾਪਰੇ ਤੋਂ ਜੀ, ਜਲੰਧਰ ਕੈਂਟਾ ਹਲਕਾ। ਸਰ ਕਿਸ ਚੀਜ਼ ਦੀ ਨੋਮੀਨੇਸ਼ਨ ਤੁਸੀਂ ਭਰਨ ਆਏ? ਸਰ ਮੈਂ ਪੰਜਾਬ ਮੈਂਬਰ ਦੇ ਨੋਮੀਨੇਸ਼ਨ ਭਰਨ ਆਇਆ। ਠੀਕ ਹੈ ਜੀ, ਮੈਂ ਪਹਿਲਾਂ ਵੀ ਪੰਜਾਬ ਮੈਂਬਰ ਰਹਿ ਚੁੱਕਾ ਜੀ। ਸਰ ਇਸ ਵਾਰੀ ਬਹੁਤ ਕਿਹਾ ਜਾ ਰਿਹਾ ਸੀ ਕਿ ਦਿੱਕਤ ਪਰੇਸ਼ਾਨੀ ਬੜੀ ਆ ਰਹੀ ਸੀ, ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਹੋ, ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ? ਨਹੀਂ ਸਰ, ਅੱਜ ਤਾਂ ਦਿੱਕਤ ਪਰੇਸ਼ਾਨੀ ਦਾ ਕੋਈ ਨਹੀਂ ਹੈਗਾ, ਅੱਜ ਤਾਂ ਠੀਕ ਹੈ। ਅੱਜ ਸਟਾਫ ਵੀ ਸਾਰਾ ਇੱਕ ਜਗ੍ਹਾ ਹੀ ਬੈਠਾ ਵਾ, ਇੱਕੋ ਜਗ੍ਹਾ ਮਤਲਬ ਐਨਓਸੀ ਮਿਲ ਜਾਣੀ ਆ, ਕਿਉਂਕਿ ਸਾਰਾ ਸਟਾਫ ਇੱਕ ਤਾਂ ਬੈਠਾ। ਪਰ ਪਹਿਲੇ ਦਿਨ ਥੋੜ੍ਹੀ ਬੜੀ ਮੁਸ਼ਕਲ ਆ ਰਹੀ ਸੀਗੀ, ਕਿਉਂਕਿ ਇੱਕ ਬੰਦਾ ਇੱਥੇ ਜਾਂਦਾ ਸੀ, ਦੋ ਗਾਂਹ ਜਾਂਦੇ ਸੀਗੇ। ਹਾਲਾਂਕਿ ਸਟਾਫ ਨੂੰ ਪਹਿਲਾਂ ਹੀ ਚਾਹੀਦਾ ਸੀ ਇੱਕੋ ਟੇਬਲ 'ਤੇ ਸਾਰਾ ਕੰਮ ਹੋ ਜਾਣਾ ਚਾਹੀਦਾ, ਕਿਉਂਕਿ ਆਪੀ ਨੇ ਰਸ਼ ਬਣਾ, ਅਗਲਾ ਫਾਰਮ ਪੜਾ ਕੇ ਬਾਹਰ ਹੋਵੇ ਬਾਜ਼ ਮਾਰ ਕੇ ਮਿਲ ਜਾਂਦਾ। ਪਰ ਫਿਰ ਵੀ ਉਹਨਾਂ ਨੇ ਮਤਲਬ ਵਧੀਆ ਕੀਤਾ, ਉਹਦੋਂ ਸਾਰਿਆਂ ਨੂੰ ਥੱਲੇ ਲਾ ਕੇ ਟੇਬਲ ਸਾਰੇ ਆਪਣੇ ਵਰਕਰ ਵਧਾ ਕੇ ਤਾਂ ਜਲਦੀ ਜਲਦੀ ਕੰਮ ਦਾ ਨਿਪਟਾਰਾ ਕਰ ਦਿੱਤਾ ਸੀਗਾ। ਇਸ ਵਾਰੀ ਉਤਸਾਹ ਕਿੱਦਾਂ ਦਾ ਦੇਖਣ ਨੂੰ ਮਿਲਦਾ ਪਿਆ ਚੋਣਾਂ ਵਿੱਚ, ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦੀ ਹੈ ਪਿੰਡ ਦੀ ਚੋਣਾਂ ਵਿੱਚ? ਚੋਣਾਂ 'ਚ ਤਾਂ ਉਤਸਾਹ ਜੀ ਇਸ ਵਾਰ ਕਾਫੀ ਹੈਗਾ, ਠੀਕ ਆ ਜੀ। ਪਰ ਜਿਹੜਾ ਪੰਜਾਬ ਗੌਰਮੈਂਟ ਨੇ ਪਹਿਲਾਂ ਭਗਵਾਨ ਕੇ ਮਾਰੇ ਦੇ ਪ੍ਰਗਟ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜਾ ਤਰੀਕ ਤੈਅ ਕਰ ਦਿੱਤੀ, ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਠੀਕ ਹੈ ਜੀ। ਤੇ ਪਰ ਫਿਰ ਵੀ ਉਹਨਾਂ ਨੇ ਸਾਨੂੰ ਸਹਿਮਤੀ ਦੇਤੀ ਆ,
ਵਧੀਆ ਕੀਤਾ, ਨਹੀਂ ਤਾਂ ਅੱਜ ਪੰਜਾਬ ਬੰਦ ਦਾ ਐਲਾਨ ਸੀ ਸਰ 4 ਤਰੀਕ ਦਾ ਜੀ। ਬਾਕੀ ਚਲੋ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ, ਉਹਨਾਂ ਨੇ ਮਤਲਬ ਸਮਾਜ ਨਾਲ ਸਹਿਮਤੀ ਕੀਤੀ ਆ ਅਤੇ ਪੰਜਾਬ ਸਰਕਾਰ ਦਾ ਇਹ ਧੰਨਵਾਦ ਕਰਦੇ ਹਾਂ। ਤੁਸੀਂ ਵੀ ਸਰ ਕਰਨ ਆਏ ਹੋ ਫਾਈਲ ਕਰਨ ਆਏ, ਤੁਸੀਂ ਵੀ ਹੋਰ ਵੀ ਗੱਲਬਾਤ ਕਰਦੇ ਹੈਗੇ ਜਿਹੜੇ ਗੱਲ ਕਰਦੇ ਹੋਏ, ਤਸਵੀਰਾਂ ਦਿਖਾ ਦਿੰਦੇ ਅੰਦਰ ਫਾਰਮ ਜਿਹੜੇ ਕਿ ਪਰਦੇ ਹੋਏ ਨਜ਼ਰ ਆਓਗੇ, ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਦਫ਼ਤਰ ਦੇ ਅੰਦਰ ਦੀ, ਜਿੱਥੇ ਕਿ ਲਾਈਨ ਲੱਗੀ ਹੋਈ ਹੈ ਅਤੇ ਕੁਛ ਲੋਕ ਨਜ਼ਰ ਆ ਰਹੇ ਅਤੇ ਫਾਰਮ ਪਰਦੇ ਪਏ ਨੇ, ਕਿਉਂਕਿ ਅੱਜ ਆਖਰੀ ਤਰੀਕ ਹੈਗੀ ਹੈ। ਇਹ ਸਾਰੇ ਲੋਕ ਜਲੰਧਰ ਕੈਂਟ ਦੇ ਏਰੀਏ ਤੋਂ ਆਏ ਹੋਏ ਨੇ, ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ, ਕਿਹੜੇ ਪਿੰਡ ਤੋਂ ਆਏ ਤੁਸੀਂ? ਬਿੰਦਰ ਕੁਮਾਰ ਮੇਰਾ ਨਾਮ, ਪ੍ਰਤਾਪਰਾ ਪਿੰਡ ਤੋਂ ਆਇਆ। ਸਰ ਕਿਹੜੀ ਚੋਣ ਲੜਨ ਲੱਗੇ ਤੁਸੀਂ? ਮੈਂ ਪੰਚੀ ਦੀ ਲੜਾਂ। ਪੰਚੀ ਦੀ ਲੜਨ ਲੱਗੇ ਹੋ ਸਰ, ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ? ਦਿੱਕਤ ਅੱਜ ਤਾਂ ਘੱਟ ਹੈ, ਅੱਗੇ ਇੱਕ ਦਿਨ ਆਏ ਉਸ ਦਿਨ ਬਹੁਤ ਪਰੇਸ਼ਾਨੀ ਹੋਈ। ਐਨਏਸੀ ਦੇ ਦੂਸਰੀ ਵਾਰੀ ਆਉਣਾ ਪਿਆ? ਹਾਂਜੀ ਹਾਂਜੀ, ਦੂਸਰੀ ਵਾਰੀ ਆਉਣਾ। ਹੁਣ ਕਿੰਨਾ ਕੁ ਟਾਈਮ ਲੱਗ ਰਿਹਾ ਤੁਹਾਨੂੰ? ਨਹੀਂ ਹੁਣ ਕੋਈ ਟਾਈਮ ਨਹੀਂ ਲੱਗ ਰਿਹਾ, ਹੁਣ ਬਿਲਕੁਲ ਸਹੀ ਹੈ। ਕਿੰਨੇ ਕੁ ਮਿੰਟ 'ਚ ਵਾਰੀ ਆ ਰਹੀ ਹੈ ਅਤੇ ਕਿੰਨੇ 'ਚ ਹੁਣ ਪ੍ਰੋਸੈਸ ਹੋ ਰਿਹਾ ਸਰ? ਨਾਲੋ ਨਾਲ ਹੀ ਜ਼ਿਆਦਾ ਤਰ ਲਗਾਤਾਰ। ਹਾਂਜੀ, ਇਸ ਵਾਰੀ ਕਿਹੋ ਜਿਹਾ ਉਤਸਾਹ ਨਜ਼ਰ ਆਉਂਦਾ ਪਿਆ, ਕਿਉਂਕਿ ਇਹ ਵੀ ਚੋਣਾਂ ਬੜੀ ਜ਼ਰੂਰੀ ਹੁੰਦੀ ਤੁਹਾਨੂੰ ਪਤਾ? ਇਸ ਵਾਰ ਥੋੜ੍ਹਾ ਜਿਹਾ ਅੱਗੇ ਨਾਲ ਖੱਜੇ ਇੱਕ ਵਾਰੀ ਜਾ ਰਹੀ ਉੱਧਰ ਪਿੰਡ 'ਚ ਕੀ ਮਾਹੌਲ ਹੈ, ਕੋਈ ਮਾਹੌਲ ਤਾਂ ਨਹੀਂ ਖਰਾਬ ਹੋਇਆ ਕਿਸੇ? ਨਹੀਂ ਮਾਹੌਲ ਨਹੀਂ, ਕੋਈ ਮਾਹੌਲ ਠੀਕ ਹੈ। ਹਾਂਜੀ ਹਾਂਜੀ।